ਨਸ਼ਾ ਛੁਡਾਓ ਕੇਂਦਰ ਚੋਂ ਭੱਜੇ 9 ਮਰੀਜ਼, 7 ਮਰੀਜ਼ ਸੀ ਜੇਲ੍ਹ ਦੇ ਕੈਦੀ। ਰੋਟੀ ਖਾਣ ਵਾਲੇ ਭਾਂਡਿਆਂ ਨਾਲ ਪੁਲਿਸ ਤੇ ਕੀਤਾ ਹਮਲਾ, ਫਿਰ ਸ਼ੀਸ਼ਾ ਤੋੜ ਕੇ ਹੋ ਗਏ ਫਰਾਰ। ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਜਿਹਦੇ ਵਿੱਚ 19 ਪੇਸ਼ੈਂਟ ਕੋਰਟ ਥਰੂ ਆਏ ਸੀਗੇ। ਇਹਨਾਂ 'ਤੇ NDPS ਦਾ ਐਕਟ ਲੱਗਿਆ ਹੋਇਆ ਸੀ, ਸੈਕਸ਼ਨ 27 ਅਤੇ 64, ਜਿਹਦੇ ਵਿੱਚ ਇਹਨਾਂ ਦਾ ਕੁਛ ਅਮਾਊਂਟ ਬਰਾਮਦ ਹੁੰਦੀ ਹੈ ਨਸ਼ਾ ਕਰਦੇ ਨੇ। ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਜਾਂ ਤਾਂ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ, ਅਤੇ ਉਸ ਬੇਸ 'ਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜਾਏਗੀ। ਇਹ ਜਿਹੜੇ ਪੇਸ਼ੈਂਟ ਸੀਗੇ, ਅਸੀਂ ਪਹਿਲਾਂ ਹਫ਼ਤਾ ਅਸੀਂ ਇੱਥੇ ਡੀਟੋਕਸੀਫਿਕੇਸ਼ਨ ਸੈਂਟਰ 'ਚ ਰੱਖੇ, ਡੀਡਿਕਸ਼ਨ ਸੈਂਟਰ 'ਚ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ। ਅਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ 9 ਪੇਸ਼ੈਂਟ ਸੀਗੇ ਜਿਹੜੇ ਇੱਥੋਂ ਰਾਤ ਨੂੰ ਇਹਨਾਂ ਨੇ ਪਲੈਨਿੰਗ ਕੀਤੀ ਹੈ, ਅਤੇ ਸਾਡੇ ਸਟਾਫ ਨੇ ਨਾਲ ਵੀ ਇਹਨਾਂ ਨੇ ਥੋੜ੍ਹਾ ਜਿਹਾ ਕੀਤਾ, ਹੱਥਾਪਾਈ ਕੀਤੀ ਹੈ, ਅਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗੈਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਇਹ ਨਿਕਲੇ ਨੇ। 9 ਵਿੱਚੋਂ 7 ਪੇਸ਼ੈਂਟ ਸੀ ਜਿਹੜੇ ਅੰਡਰ ਟ੍ਰਾਇਲ ਸੀਗੇ ਕੋਰਟ ਵਾਲੇ, ਅਤੇ 2 ਪੇਸ਼ੈਂਟ ਸਾਡੇ ਨੋਰਮਲ ਸੀਗੇ, ਅਤੇ ਪੁਲਿਸ ਵੀ ਉੱਥੇ ਬਰਾਮਦ ਸੀ ਉਸ ਟਾਈਮ ਹੈਗੀ ਸੀ, ਪ੍ਰੈਜੈਂਟ ਸੀਗੀ। 2 ਪੇਸ਼ੈਂਟ, 2 ਪੁਲਿਸ ਵਾਲੇ ਇਹਨਾਂ ਦੇ ਅਸੀਂ ਗਾਰਡ ਰੱਖੇ ਹੋਏ ਸੀ ਨਾਲ, ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ, ਜਿਹਦੀ CCTV ਫੁਟੇਜ ਵੀ ਹੈਗੀ ਸਾਡੇ ਕੋਲ, ਅਤੇ ਇਹ ਚੀਜ਼ ਹੋਈ ਹੈ ਰਾਤ ਨੂੰ। ਸਰ, ਜਿਹੜੇ ਕੈਦੀ ਦੱਸੇ ਜਾ ਰਹੇ ਕਿ ਕੋਈ ਸੰਗੀਨ ਧਾਰਾਵਾਂ ਦੇ ਅੰਦਰ ਉਹਨਾਂ ਦੇ ਟਰਾਈਲ ਚੱਲ ਰਹੇ ਸੀ, ਕਿਸ ਤਰ੍ਹਾਂ ਦੇ ਮਾਮਲੇ ਦਰਜ ਸੀ? ਇਹਨਾਂ 'ਤੇ ਜੀ NDPS ਦਾ ਹੀ ਐਕਟ ਚੱਲ ਰਿਹਾ ਸੀਗਾ, ਜਿਸ ਵਿੱਚ ਇਹ ਮਤਲਬ ਆਪ ਕੁਛ ਕੰਜ਼ਿਊਮ ਕਰਦੇ ਨੇ ਜਾਂ ਕੁਛ ਸਮਾਲ ਅਮਾਊਂਟ ਇਹਨਾਂ ਤੋਂ ਬਰਾਮਦ ਹੁੰਦੀ ਹੈ, ਉਸ ਅਧੀਨ ਆਏ ਸੀ। ਕਿੰਨੀ ਏਜ ਦੇ ਸੀਗੇ ਸਾਰੇ ਇਹ? ਅਪਰੋਕਸੀਮੇਟਲੀ 20-25 ਸਾਲ ਦੇ ਵਿੱਚ ਸੀਗੇ ਜੀ। ਠੀਕ ਹੈ, ਤਾਂ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਬ੍ਰੇਕ ਕੀਤਾ ਸ਼ੀਸ਼ੇ ਨੂੰ, ਕਿਸ ਤਰ੍ਹਾਂ ਜਿਹੜਾ ਉਹ? ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲਿਆ ਤਾਂ ਆਈਡੀਆ ਮਤਲਬ ਕਹਿ ਲਓ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ, ਜਿਹਦੇ ਵਿੱਚ ਜਦੋਂ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ 'ਤੇ, ਅਤੇ ਸ਼ੀਸ਼ਾ ਤੋੜ ਕੇ 9 ਕੁ ਪੇਸ਼ੈਂਟ ਭੱਜੇ ਨੇ, ਬਾਕੀਆਂ ਨੂੰ ਅਸੀਂ ਫਿਰ ਵੀ ਸਾਡੇ ਗਾਰਡ ਨੇ ਵੀ ਅਤੇ ਪੁਲਿਸ ਵਾਲੇ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ। ਸਰ, ਕੀ ਉਹਨਾਂ ਦੇ ਪਰਿਵਾਰਾਂ ਨੂੰ ਇਤਲਾਹ ਲਾਈ ਗਈ? ਹਾਂਜੀ, ਪਰਿਵਾਰ ਨੂੰ ਵੀ ਲਾਤੀ, ਅਸੀਂ ਪੁਲਿਸ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆਹ ਇੰਸੀਡੈਂਸ ਹੋਇਆ, ਉਹਨਾਂ ਦੇ ਕੰਨਿਓ ਵੀ ਪੂਰੀ ਉਹ ਚੱਲ ਰਹੀ ਹੈ, ਜਿਹਦੇ ਵਿੱਚ ਇੱਕ ਪੇਸ਼ੈਂਟ ਨੇ ਫਿਰ ਮਤਲਬ ਫੜ ਲਿਆ ਵਾਪਿਸ ਲੈ। ਸੰਗਰੂਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਤੁਹਾਨੂੰ ਦੱਸ ਦਈਏ ਇਸ ਵਕਤ ਅਸੀਂ ਸੰਗਰੂਰ ਦੇ ਘਾਬ ਦਾ ਨਸ਼ਾ ਛਡਾਊ ਕੇਂਦਰ ਦੇ ਸਾਹਮਣੇ ਖੜ੍ਹੇ ਹਾਂ, ਅਤੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਕੱਲ੍ਹ ਸ਼ਾਮ ਤਕਰੀਬਨ 7:30 ਵਜੇ 9 ਜਿਹੜੇ ਨਸ਼ਾ ਪੀੜਤ ਯੁਵਕ ਸੀ ਉਹ ਸ਼ੀਸ਼ਾ ਤੋੜ ਕੇ ਪੁਲਿਸ ਕਰਮੀਆਂ ਅਤੇ ਨਸ਼ਾ ਛਡਾਊ ਕੇਂਦਰ ਦੇ ਸਟਾਫ ਦੇ ਉੱਪਰ ਹਮਲਾ ਕਰਕੇ ਇਸ ਜਗ੍ਹਾ ਤੋਂ ਫਰਾਰ ਹੋ ਗਏ ਨੇ। ਤੁਹਾਨੂੰ ਪੂਰੀ ਜਾਣਕਾਰੀ ਦੇ ਦੀ ਕਿ 9 ਜਿਹੜੇ ਨਸ਼ਾ ਪੀੜਤ ਨੌਜਵਾਨ ਸੀ ਉਹਨਾਂ ਦੇ ਵਿੱਚੋਂ 7 ਅਜਿਹੇ ਨੌਜਵਾਨ ਸੀ ਜਿਨ੍ਹਾਂ ਨੂੰ ਕਿ ਕੋਰਟ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਨਸ਼ਾ ਛੱਡਣ ਦੇ ਲਈ ਜਾਂ ਕਿਤੇ ਨਾ ਕਿਤੇ ਕਹਿ ਦਈਏ ਕਿ ਉਹਨਾਂ ਦਾ ਟ੍ਰੀਟਮੈਂਟ ਕਰਨ ਦੇ ਲਈ ਭੇਜਿਆ ਗਿਆ ਸੀ, ਉਹ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ 7 ਯੁਵਕਾਂ ਦੇ ਉੱਪਰੋਂ ਨਸ਼ਾ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਸੀ, NDPS ਨੂੰ ਲੈ ਕੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਮਾਮਲਾ ਦਰਜ ਹੋਇਆ, ਅਤੇ ਅੰਡਰ ਟ੍ਰਾਇਲ ਜਿਹੜੇ ਹੈਗੇ ਨੇ ਉਹ 7 ਯੁਵਕ ਹੈਗੇ ਨੇ, ਅਤੇ ਉਹ 7 ਦੇ ਨਾਲ 2 ਇੱਥੇ ਨੌਜਵਾਨ ਜਿਹੜੇ ਆਪਣਾ ਨਸ਼ਾ ਛੱਡਣ ਦੇ ਲਈ ਇਸ ਜਗ੍ਹਾ ਦੇ ਉੱਪਰ ਭਰਤੀ ਹੋਏ ਸੀ, 9 ਨੌਜਵਾਨ ਕੱਲ੍ਹ ਸ਼ਾਮ ਨੂੰ ਤਕਰੀਬਨ 7:30 ਵਜੇ ਇਸ ਜਗ੍ਹਾ ਦੇ ਉੱਪਰ ਖਾਣਾ ਖਾਂਦੇ ਨੇ, ਅਤੇ ਖਾਣਾ ਖਾਣ ਤੋਂ ਬਾਅਦ ਉਹ ਇਸ ਜਗ੍ਹਾ ਤੋਂ ਆਪਣੇ ਖਾਣੇ ਵਾਲੇ ਜਿਹੜੇ ਭਾਂਡੇ ਹੁੰਦੇ ਨੇ, ਜਿਵੇਂ ਪਲੇਟਸ ਦੀ ਗੱਲ ਕਰੀਏ, ਚਮਚਿਆਂ ਦੀ ਗੱਲ ਕਰੀਏ, ਤਾਂ ਉਹ ਪਲੇਟਾਂ ਦੇ ਨਾਲ ਇੱਕਦਮ ਅੱਗੇ ਆਉਂਦੇ ਨੇ, ਜਿੱਥੇ ਕਿ 2 ਪੁਲਿਸ ਕਰਮੀ ਵੀ ਜਿਹੜੀ ਡਿਊਟੀ ਕਰ ਰਹੇ ਸੀ ਅਤੇ ਇਸ ਜਗ੍ਹਾ ਦਾ ਜਿਹੜਾ ਸਟਾਫ ਆ ਉਹ ਵੀ ਡਿਊਟੀ ਕਰ ਰਹੇ ਸੀ, ਤਾਂ ਉਹਨਾਂ ਦੇ ਉੱਪਰ ਹਮਲਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ, ਪਲੇਟਾਂ ਦੇ ਨਾਲ ਹਮਲਾ ਕੀਤਾ ਜਾਂਦਾ, ਅਤੇ ਧੱਕਾ ਦੇ ਕੇ ਇਸ ਜਗ੍ਹਾ ਤੋਂ 9 ਦੇ ਲਗਭਗ ਜਿਹੜੇ ਹੈਗੇ ਨੇ ਪੀੜਤ ਨਸ਼ਾ ਪੀੜਤ ਜਿਹੜੇ ਹੈਗੇ ਨੇ ਉਹ ਫਰਾਰ ਹੋ ਜਾਂਦੇ ਨੇ। ਹੁਣ ਤੱਕ ਜੋ ਇੱਥੇ ਦੇ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ 9 ਦੇ ਵਿੱਚੋਂ ਇੱਕ
ਨੌਜਵਾਨ ਜਿਹੜਾ ਕਿ ਕੋਰਟ ਦੇ ਵੱਲੋਂ ਹੀ ਇੱਥੇ ਭੇਜਿਆ ਗਿਆ ਸੀ, ਜਿਸ ਨੂੰ ਨਸ਼ਾ ਛੱਡਣ ਦੇ ਲਈ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਭੇਜਿਆ ਗਿਆ ਸੀ, ਉਸ ਨੂੰ ਪੁਲਿਸ ਦੇ ਵੱਲੋਂ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਅਤੇ 8 ਨੌਜਵਾਨ ਹਜੇ ਵੀ ਫਿਲਹਾਲ ਇਸ ਜਗ੍ਹਾ ਤੋਂ ਗ੍ਰਿਫਤਾਰ ਨੇ। ਇੱਥੇ ਦੇ ਸਟਾਫ ਦੇ ਵੱਲੋਂ, ਡਾਕਟਰ ਸਾਹਿਬਾਨ ਦੇ ਵੱਲੋਂ ਇਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਆ ਜਾਣਕਾਰੀ ਦੇ ਦਿੱਤੀ ਗਈ ਆ ਅਤੇ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਜਾਰੀ ਆ। ਚਰਨਜੀਤ ਕੌਸ਼ਲ, ਸੰਗਰੂਰ ਤੋਂ ਨਿਊਜ਼ 18 ਪੰਜਾਬ।